ਦੇਖੋ ਮੇ ਬੀ ਤੁਹਾਨੂੰ ਇਹ ਬੁਰਾ ਲੱਗੇ, ਬਟ ਇਹ ਅੱਜ ਦਾ ਸੱਚ ਹੈ ਕਿ ਦੋ ਤਰ੍ਹਾਂ ਦੇ ਸਟੂਡੈਂਟਸ ਨੇ। ਇੱਕ ਤਾਂ ਹੈਗਾ ਜਿਹੜਾ ਸਟ੍ਰੈਟਜੀਸ ਬਣਾਈ ਜਾ ਰਿਹਾ, ਪਲੈਨਿੰਗਸ ਬਣਾਈ ਜਾ ਰਿਹਾ, ਨੋਟੀਫਿਕੇਸ਼ਨਸ 'ਤੇ ਫੋਕਸ ਕਰੀ ਜਾ ਰਿਹਾ, ਇੱਕ ਦੂਜੇ ਨਾਲ ਡਿਸਕਸ ਕਰੀ ਜਾ ਰਿਹਾ ਆਉਣ ਵਾਲੇ ਪੇਪਰਾਂ 'ਤੇ। ਇੱਕ ਹੈਗਾ ਜਸਟ ਇੱਕ ਵਨ ਟਾਈਮ ਸਟ੍ਰੈਟਜੀ ਬਣਾਉਂਦਾ, ਸਕਸੈਸਫੁਲ ਪਰਸਨ ਨੂੰ ਫੋਲੋ ਕਰਦਾ, ਜੋਬ ਲੈ ਲੈਂਦਾ, ਫਿਰ ਆਪਣੀ ਸਕਸੈਸਫੁਲ ਸਟ੍ਰੈਟਜੀਸ ਅਦਰਸ ਨੂੰ ਦੱਸਣਾ ਸਟਾਰਟ ਕਰ ਦਿੰਦਾ, ਦੂਸਰਾ ਸਟੂਡੈਂਟ ਹਲੇ ਵੀ ਉੱਥੇ ਬੈਠਾ ਰਹਿੰਦਾ। ਮਤਲਬ ਸਮਝ ਰਹੇ ਹੋ, ਦੋਨੋਂ ਸ਼ੁਰੂ ਸੇਮ ਟਾਈਮ 'ਤੇ ਹੋਏ, ਇੱਕ ਨੇ ਜਸਟ ਜੋ ਰਿਕੁਆਇਰਡ ਹੈ ਉਹ ਸਟ੍ਰੈਟਜੀ ਸੁਣੀ, ਟਿਲ ਲਾਸਟ ਉਹਨੂੰ ਫੋਲੋ ਕੀਤਾ ਅਤੇ ਸਕਸੈਸ ਪਾ ਲਈ। ਇਹ ਹਲੇ ਵੀ ਉਰੀ ਹੈ, ਇਹ ਹਲੇ ਵੀ ਜਿਹੜਾ ਹੈਗਾ ਨੋਟੀਫਿਕੇਸ਼ਨ 'ਤੇ ਵਰਕ ਕਰ ਰਿਹਾ, ਇਹਦਾ ਪੇਪਰ ਆਇਆ, ਇਹ ਨੋਟੀਫਿਕੇਸ਼ਨ ਆਈ, ਇਹ ਹੋਇਆ, ਇਹ ਕਦੋਂ ਆਏਗਾ, ਇਹ ਪੇਪਰ ਕਦੋਂ ਹੋਏਗਾ, ਇਹਦਾ ਹਾਲੇ ਤੱਕ ਰਿਜ਼ਲਟ ਨਹੀਂ ਆਇਆ, ਇਹ ਹੋ ਰਿਹਾ। ਮਤਲਬ ਇਹ ਹੈਗਾ ਕਿ ਅੱਜ ਦਾ ਸਟੂਡੈਂਟ ਡਿਸਟ੍ਰੈਕਸ਼ਨਸ ਵੱਲ ਤਾਂ ਜਾ ਹੀ ਰਿਹਾ, ਉਹ ਤਾਂ ਚਲੋ ਬਹੁਤ ਸਾਲਾਂ ਤੋਂ ਇਹ ਚੀਜ਼ ਚੱਲ ਰਹੀ ਹੈ, ਪਰ ਅੱਜ ਦੇ ਸਟੂਡੈਂਟ ਨੂੰ ਇਹ ਵੀ ਪ੍ਰੋਬਲਮ ਆ ਰਹੀ ਹੈ ਕਿ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਗਲਤੀ ਕਦੋਂ ਕਰ ਰਿਹਾ। ਮਤਲਬ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਹੋ ਚੁੱਕਿਆ ਹੈ, ਕਹਿ ਲਓ ਵੀ ਵਾਇਰਲ ਨਾਮ ਦਾ ਵਰਡ ਇੰਨਾ ਜ਼ਿਆਦਾ ਵਾਇਰਲ ਹੋ ਚੁੱਕਿਆ ਹੈ ਕਿ ਇਹਨੇ ਸਭ ਤੋਂ ਵੱਡੀ ਪ੍ਰੋਬਲਮ ਕ੍ਰੀਏਟ ਕਰਤੀ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਹਾਡੀ ਗਲਤੀ ਕਦੋਂ ਹੋ ਰਹੀ ਹੈ। ਤਾਂ ਦੇਖੋ ਪੰਜਾਬ ਪੁਲਿਸ ਦੀ ਚਾਹੇ ਨੋਟੀਫਿਕੇਸ਼ਨ ਹੈ, ਚਾਹੇ PSSB ਦੇ ਆਉਣ ਵਾਲੇ ਪੇਪਰ ਨੇ, ਚਾਹੇ PPSC PCS ਆਉਣਾ, ਪੇਪਰਾਂ ਨੇ ਤਾਂ ਆਉਣਾ ਹੀ ਆਉਣਾ। ਇਹ ਤਾਂ ਅੱਜ ਤੋਂ ਸਾਲ ਪਹਿਲਾਂ ਵੀ ਪਤਾ ਸੀ, ਅੱਜ ਤੋਂ 6 ਮਹੀਨੇ ਪਹਿਲਾਂ ਵੀ ਪਤਾ ਸੀ, ਹਮੇਸ਼ਾ ਲਈ ਪਤਾ ਹੀ ਸੀ, ਨੋਟੀਫਿਕੇਸ਼ਨ ਨੇ ਆਉਣਾ ਹੀ ਆਉਣਾ, ਪੇਪਰ ਵੀ ਪਤਾ ਹੀ ਹੁੰਦੇ ਨੇ, ਐਕਸਪੈਕਟਡ ਇੱਕ ਵਾਰ 'ਚ ਪਤਾ ਲੱਗ ਜਾਂਦੇ ਨੇ। ਹੁਣ ਤੁਸੀਂ ਇਸ ਚੀਜ਼ ਤੋਂ ਕੀ ਕਰਨਾ ਵੀ ਤੁਸੀਂ ਜਿਹੜਾ ਹੈਗਾ ਜੇ ਮੰਨ ਲਓ ਇਸ ਚੀਜ਼ 'ਤੇ ਫੋਕਸ ਕਰ ਰਹੇ ਹੋ ਵੀ ਨੋਟੀਫਿਕੇਸ਼ਨ ਕਦੋਂ ਆਊਗੀ, ਤੁਹਾਨੂੰ ਕਿਉਂ ਰਿਕੁਆਇਰਮੈਂਟ ਹੈ ਤਾਂ ਦੱਸੋ ਵੀ ਤੁਹਾਨੂੰ ਡਾਊਟ ਹੈ ਵੀ ਨੋਟੀਫਿਕੇਸ਼ਨ ਆਉਣੀ ਨਹੀਂ, ਤੁਹਾਨੂੰ ਲੱਗ ਰਿਹਾ ਵੀ ਪੰਜਾਬ ਪੁਲਿਸ ਦਾ ਇਸ ਵਾਰ ਪੇਪਰ ਹੋਣਾ ਨਹੀਂ। ਜੇ ਤਾਂ ਤੁਹਾਨੂੰ ਇਹ ਡਾਊਟ ਹੈਗਾ ਫਿਰ ਤੁਸੀਂ ਮਿਸਗਾਈਡਿਡ ਹੋ, ਫਿਰ ਤੁਹਾਨੂੰ ਕਿਸੇ ਨੇ ਗਲਤ ਗਾਈਡ ਕਰਤਾ ਵੀ ਹੁਣ ਤਾਂ ਪੰਜਾਬ ਪੁਲਿਸ ਭਰਤੀ ਹੋਣੀ ਹੋਈ ਨਹੀਂ, ਵੀ ਇਹ ਤਾਂ ਜਿਹੜਾ ਸੀਗਾ ਇਹ ਝੂਠ ਸੀਗਾ, ਇਹ ਤਾਂ ਫਿਰ ਕਿਸੇ ਨੇ ਇਹ ਦੱਸਤਾ। ਤਾਂ ਇਹ ਵੀਡੀਓ ਨੂੰ ਚੰਗੀ ਤਰ੍ਹਾਂ ਸਮਝ ਲਓ, ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਆਉਣ ਵਾਲੇ ਟਾਈਮ ਕੋਈ ਸਟ੍ਰੈਟਜੀਸ 'ਤੇ ਨਹੀਂ ਵਰਕ ਕਰਨਾ, ਕੋਈ ਪਲੈਨਿੰਗਸ 'ਤੇ, ਕੋਈ ਨੋਟੀਫਿਕੇਸ਼ਨ 'ਤੇ, ਕੋਈ ਇਨਫੋਰਮੇਸ਼ਨ 'ਤੇ, ਉਹਨਾਂ ਦੇ ਉੱਤੇ ਵਰਕ ਨਹੀਂ ਕਰਨਾ। ਡੇਲੀ ਆਪਣੀ ਇੰਪਰੂਵਮੈਂਟ 'ਤੇ ਵਰਕ ਕਰਨਾ, ਆਪਣੀ ਤਿਆਰੀ 'ਤੇ ਵਰਕ ਕਰਨਾ। ਅੱਜ ਦੀ ਤਿਆਰੀ ਕੱਲ੍ਹ ਦੀ ਤਿਆਰੀ ਨਾਲੋਂ ਵਧੀਆ ਹੋਣੀ ਚਾਹੀਦੀ ਹੈ। ਅੱਜ ਦੀ ਤੁਹਾਡੀ ਨੌਲੇਜ, ਅੱਜ ਦਾ ਤੁਹਾਡਾ ਟੈਕਨੀਕਸ ਦਾ ਜਿਹੜਾ ਮੈਥਡਸ ਹੈਗੇ ਨੇ ਉਹ ਤੁਹਾਨੂੰ ਜ਼ਿਆਦਾ ਪਤਾ ਹੋਣੇ ਚਾਹੀਦੇ ਨੇ ਕੱਲ੍ਹ ਨਾਲੋਂ। ਤਾਂ ਦੇਖੋ ਚਾਹੇ ਪੰਜਾਬ ਪੁਲਿਸ ਦੀ ਤਿਆਰੀ ਹੈ, ਚਾਹੇ ਜਿਹੜੇ ਮਰਜ਼ੀ ਪੇਪਰ ਦੀ ਤਿਆਰੀ ਹੈ, ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਇੱਧਰ ਉੱਧਰ ਉੱਧਰ ਇੱਧਰ ਇੱਧਰ ਉੱਧਰ ਨਹੀਂ ਜਾਣਾ, ਤੁਸੀਂ ਫੋਕਸਡ ਰਹਿਣਾ, ਤੁਸੀਂ ਵਨ ਟਾਈਮ ਸਟ੍ਰੈਟਜੀ ਨੂੰ ਫੋਲੋ ਕਰਨਾ, ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਤਾਂ ਇਹੀ ਚੀਜ਼ ਪਹਿਲਾਂ ਸਮਝੋ ਵੀ ਵਨ ਟਾਈਮ ਸਟ੍ਰੈਟਜੀ ਨੂੰ ਫੋਲੋ ਕਰਨਾ ਅੱਜ ਦੇ ਟਾਈਮ 'ਚ ਬਹੁਤ ਰਿਕੁਆਇਰਡ ਹੈ, ਕਿਉਂਕਿ ਸਮਾਂ ਨਹੀਂ ਹੈ। ਮੇ ਬੀ ਤੁਹਾਨੂੰ ਇਹ ਚੀਜ਼ ਐਂ ਲੱਗ ਰਹੀ ਹੋਵੇ ਵੀ ਚੱਲ ਕੀ ਰਿਹਾ, ਪਰ ਇਹ ਬਹੁਤ ਇੰਪੋਰਟੈਂਟ ਚੱਲ ਰਿਹਾ ਜੀ, ਜੋ ਚੱਲ ਰਿਹਾ। ਜਿਹੜਾ ਇਹ ਸਮਝ ਗਿਆ ਉਹ ਪੇਪਰ ਕੱਢ ਗਿਆ। ਤਾਂ ਜੇ ਦੇਖੋ ਪਹਿਲਾਂ ਤੁਸੀਂ ਇਹ ਦੇਖ ਲਓ ਜੀ, ਸਟੂਡੈਂਟਸ ਨੂੰ ਟਰੱਸਟ ਤਾਂ ਹੁੰਦਾ ਜੇ ਰਿਜ਼ਲਟਸ ਦਿਖਦੇ ਨੇ, ਸਟੂਡੈਂਟਸ ਨੂੰ ਜਿਹੜਾ ਟਰੱਸਟ ਹੈਗਾ ਉਹ ਤਾਂ ਹੁੰਦਾ ਜੀ ਜੇ ਰਿਜ਼ਲਟਸ ਦਿਖਦੇ ਨੇ। ਤਾਂ ਮੇ ਬੀ ਤੁਹਾਨੂੰ ਪਤਾ ਹੋਵੇ ਜੀ ਪੰਜਾਬ ਪੁਲਿਸ, ਚਾਹੇ ਪਟਵਾਰੀ, ਚਾਹੇ ਕਾਂਸਟੇਬਲ, ਚਾਹੇ ਸਬ ਇੰਸਪੈਕਟਰ, ਚਾਹੇ UGC NET, ਚਾਹੇ ਜਿਹੜਾ ਮਰਜ਼ੀ ਪੇਪਰ ਹੈ, ਜਿਨ੍ਹਾਂ ਨੇ ਗਾਈਡੈਂਸ ਲਿੱਤੀ ਹੈ, ਜਿਨ੍ਹਾਂ ਨੇ ਤਿਆਰੀ ਕੀਤੀ ਹੈ, ਅੱਜ ਹਰ ਡਿਪਾਰਟਮੈਂਟ 'ਚ ਸਟੂਡੈਂਟਸ ਜੁਆਇਨ ਕਰਕੇ, ਸੰਧੀਸ ਇੰਸਟੀਚਿਊਟ ਪਟਿਆਲਾ ਸਟੱਡੀ ਸਲਿਊਸ਼ਨ ਨਾਲ ਜਿਹੜਾ ਸਟੂਡੈਂਟ ਦਿਲ ਅਤੇ ਦਿਮਾਗ ਦੋਨਾਂ ਤੋਂ ਜੁੜਿਆ, ਉਹਨੇ ਜੋ ਚਾਹਿਆ ਉਹ ਪਾਇਆ। ਇਸ ਚੀਜ਼ ਦਾ ਮੈਂ ਜਿਹੜਾ ਹੈਗਾ ਦਾਅਵਾ ਕਰਦਾ ਜੀ,
ਇਹ ਤੁਹਾਡੇ ਸਾਹਮਣੇ ਹੀ ਹੈਗਾ, ਤੁਸੀਂ ਦੇਖ ਸਕਦੇ ਹੋ। ਪੰਜਾਬ ਪੁਲਿਸ ਚਾਹੇ ਹੈੱਡ ਕਾਂਸਟੇਬਲ ਹੈ, ਚਾਹੇ ਸਬ ਇੰਸਪੈਕਟਰ ਹੈ, ਚਾਹੇ ਇੰਟੈਲੀਜੈਂਸ ਡਿਪਾਰਟਮੈਂਟ ਹੈ, ਚਾਹੇ ਇਨਵੈਸਟੀਗੇਸ਼ਨ ਹੈ, ਚਾਹੇ ਜੋ ਮਰਜ਼ੀ ਹੈਗਾ, ਸਟੂਡੈਂਟਸ ਜੋ ਚਾਹੀਦਾ ਸੀ ਜੇ ਉਹਨਾਂ ਨੇ ਉਹ ਕਰਤਾ ਤਾਂ ਉਹ ਜੋ ਚਾਹੁੰਦੇ ਸੀ ਉਹ ਪਾਈ। ਮਤਲਬ ਇਹ ਹੈਗਾ ਕਿ ਤੁਹਾਨੂੰ ਜਲਦੀ ਤੋਂ ਜਲਦੀ ਸਹੀ ਚੀਜ਼ ਸਮਝਣੀ ਜ਼ਰੂਰੀ ਹੈ, ਨਾ ਕਿ ਜ਼ਿਆਦਾ ਤੋਂ ਜ਼ਿਆਦਾ ਸਿਲੇਬਸ ਪੜ੍ਹਨਾ ਜ਼ਰੂਰੀ ਹੈ। ਆਪਣੀਆਂ ਡਿਸਟ੍ਰੈਕਸ਼ਨਸ ਤੋਂ ਬਚੋ, ਇਹ ਰੌਲੇ ਤੁਹਾਡੀ ਜਰਨੀ 'ਚ ਬਹੁਤ ਰਹਿਣੇ ਨੇ। ਕੁਛ ਦਿਨਾਂ ਬਾਅਦ ਨਵਾਂ ਰੌਲਾ ਆਉਣਾ ਹੀ ਆਉਣਾ। ਤੁਸੀਂ ਜੇ ਉਹਨੂੰ ਯੂਟਿਊਬ 'ਤੇ ਵੱਖ ਵੱਖ ਚੈਨਲਾਂ 'ਤੇ ਦੇਖ ਰਹੇ ਹੋ ਵੀ ਕੌਣ ਕੀ ਕਹਿ ਰਿਹਾ, ਤਾਂ ਤੁਹਾਡੀ ਤਿਆਰੀ ਪਿੱਛੇ ਰਹਿ ਰਹੀ ਹੈ। ਤੁਸੀਂ ਇੱਕ ਵਾਰ ਇਹ ਚੀਜ਼ ਸਮਝ ਲਏ, ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਹੋਣਾ ਹੀ ਹੋਣਾ, ਚਾਹੇ ਉਹ ਜੁਲਾਈ 'ਚ ਹੋਵੇ, ਚਾਹੇ ਅਗਸਤ 'ਚ ਹੋਵੇ, ਚਾਹੇ ਸਪਤੰਬਰ 'ਚ ਹੋਵੇ, ਹਾਰਡਲੀ ਮੈਟਰਸ। ਤੁਹਾਡੀ ਤਿਆਰੀ ਟਿਲ ਜੁਲਾਈ ਤੱਕ ਹੋਣੀ ਚਾਹੀਦੀ ਹੈ, ਵੀ ਜੁਲਾਈ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੀ ਤਿਆਰੀ ਖਤਮ ਹੋ ਜੇ, ਇਹ ਚੀਜ਼ ਤੁਸੀਂ ਮੰਨ ਲਓ। ਇਹ ਹੁਣ ਤੁਹਾਡੇ 'ਤੇ ਆ ਵੀ ਤੁਸੀਂ ਤਿਆਰੀ ਕਿਵੇਂ ਕਰਨੀ ਹੈ। ਹੁਣ ਪੰਜਾਬ ਪੁਲਿਸ ਦੀ ਤਿਆਰੀ ਕਿਵੇਂ ਕਰਨੀ ਹੈ ਉਹਦੀ ਆਪਾਂ ਇੱਕ ਵੀਡੀਓ ਹੋਰ ਅਪਲੋਡ ਕਰ ਦਾਂਗੇ। ਵੈਸੇ ਗਾਈਡੈਂਸ ਨੂੰ ਲੈ ਕੇ ਵੀਡੀਓਸ ਅਪਲੋਡ ਹੋਈਆਂ ਹੋਈਆਂ ਨੇ, ਤਾਂ ਇਹ ਜਿਹੜੀ ਵੀਡੀਓ ਹੈਗੀ ਹੈ ਇੱਕ ਖਾਸ ਵੀਡੀਓ ਹੈ। ਇਹਦੇ 'ਚ ਮੈਂ ਵਾਰ ਵਾਰ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹੋ ਜਿਹੀਆਂ ਨੋਟੀਫਿਕੇਸ਼ਨ ਦੇ ਉੱਤੇ ਐਨਰਜੀ ਲਗਾਉਣ ਤੋਂ ਬਚੋ। ਆਪਣੀ ਵਨ ਸਾਈਡਿਡ ਤਿਆਰੀ ਕਰੋ, ਤਿਆਰੀ 'ਚ ਬਣੇ ਰਹੋ। ਇਹੋ ਜਿਹਾ ਮਤਲਬ ਜਿਹੜਾ ਹੈਗਾ ਤੁਸੀਂ ਇਹਨੂੰ ਵੀ ਚਲਾ ਕਰ ਲੈਂਦੇ, ਚਲੋ ਕਰ ਲੈਂਦੇ, ਨਹੀਂ, ਫੋਕਸਡ ਰਹਿ ਕੇ ਹੀ ਗੱਲ ਬਣਦੀ ਹੁੰਦੀ ਹੈ, ਠੀਕ ਹੈ ਜੀ। ਬਾਕੀ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਜੀ, ਜੇ ਤੁਹਾਨੂੰ ਇਸ ਤਰ੍ਹਾਂ ਦਾ ਇਸ਼ੂ ਹੈਗਾ ਤਾਂ ਤੁਸੀਂ ਇਸ ਕੰਟੈਕਟ ਨੰਬਰ 'ਤੇ ਕੰਟੈਕਟ ਕਰ ਲਓ। ਟੈਲੀਗ੍ਰਾਮ ਚੈਨਲ ਦਾ ਤੁਹਾਨੂੰ ਲਿੰਕ ਜੁਆਇਨ ਕਰਾ ਦਿੱਤਾ ਜਾਏਗਾ। ਤੁਹਾਨੂੰ ਜਿਹੜੀ ਵੀ ਔਥੈਂਟਿਕ ਇਨਫੋਰਮੇਸ਼ਨ ਹੈਗੀ ਹੈ, ਜਿੰਨੀ ਕੁ ਤੁਹਾਨੂੰ ਰਿਕੁਆਇਰਡ ਹੋਏਗੀ, ਉਹ ਪ੍ਰੋਵਾਈਡ ਕਰ ਦਿੱਤੀ ਜਾਏਗੀ, ਠੀਕ ਹੈ। ਤਾਂ ਇਹ ਤੁਸੀਂ ਜੁਆਇਨ ਕਰ ਸਕਦੇ ਹੋ। ਬਾਕੀ ਪੰਜਾਬ ਪੁਲਿਸ ਦੀ ਤਿਆਰੀ ਦੀ ਗੱਲ ਕਰੀਏ ਜੀ, ਪੰਜਾਬ ਪੁਲਿਸ ਦੀ ਤਿਆਰੀ ਨੂੰ ਲੈ ਕੇ ਜਿਹੜੇ ਕੋਰਸਿਸ ਨੇ ਜਾਂ ਜੋ ਹੈਗਾ ਉਹਦੇ ਬਾਰੇ ਵੀ ਵੀਡੀਓਸ ਅਪਲੋਡ ਹੋ ਚੁੱਕੀਆਂ ਨੇ, ਕਰਦੇ ਰਹਾਂਗੇ। ਫੁੱਲ ਸਪੋਰਟ ਰਹੇਗੀ, 24/7 ਗਾਈਡੈਂਸ ਕਮ ਸਪੋਰਟ ਰਹੇਗੀ, ਗਾਈਡੈਂਸ ਕਮ ਸਪੋਰਟ ਰਹੇਗੀ। ਇਹਦਾ ਕੀ ਮਤਲਬ ਹੈਗਾ? ਇਹਦਾ ਮਤਲਬ ਇਹ ਹੈਗਾ ਕਿ ਤਿਆਰੀ ਕਿਵੇਂ ਕਰਨੀ ਹੈ, ਤਿਆਰੀ ਕਰਦੇ ਹੋਏ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ, ਉਹਦਾ ਕੀ ਸਲਿਊਸ਼ਨ ਹੈ ਉਹ ਤੁਹਾਨੂੰ ਨਾਲ ਨਾਲ ਦੱਸਿਆ ਜਾਏਗਾ। ਤਿਆਰੀ ਕਰਦੇ ਹੋਏ ਤੁਹਾਨੂੰ ਕੋਈ ਵੀ ਹੈਲਪ ਦੀ ਰਿਕੁਆਇਰਮੈਂਟ ਹੈ ਤਾਂ ਸਪੋਰਟ ਮਿਲੇਗੀ, ਠੀਕ ਹੈ ਜੀ। ਤਾਂ ਇਹ ਹੈਗੀ ਹੈ ਸਾਡੀ ਯੂਨੀਕ ਸਪੈਸ਼ਲਿਟੀ। ਇੱਕ ਹੈਗਾ ਜੀ, ਤੁਹਾਨੂੰ ਸ਼ੋਰਟੈਸਟ ਕੰਟੈਂਟ ਪ੍ਰੋਵਾਈਡ ਕਰਾਂਗੇ, ਸ਼ੋਰਟੈਸਟ ਕੰਟੈਂਟ ਪ੍ਰੋਵਾਈਡ ਕਰਾਂਗੇ। ਕੰਟੈਂਟ ਪੜ੍ਹਨ ਤੋਂ ਬਾਅਦ ਇਹ ਕਦੇ ਵੀ ਪੇਪਰ 'ਚ ਇਹ ਨਹੀਂ ਹੋਏਗਾ ਵੀ ਅਸੀਂ ਤਾਂ ਸਭ ਕੁਛ ਪੜ੍ਹ ਕੇ ਗਏ ਸੀ ਅਤੇ ਪੇਪਰ 'ਚ ਉਹੀ ਆ ਗਿਆ ਜੋ ਨਹੀਂ ਪੜ੍ਹ ਕੇ ਗਏ ਸੀ, ਇਹੋ ਜਿਹਾ ਕਦੇ ਨਹੀਂ ਹੋਏਗਾ, ਠੀਕ ਹੈ ਜੀ। ਤਾਂ ਸੰਧੀਸ ਇੰਸਟੀਚਿਊਟ ਪਟਿਆਲਾ ਸਟੱਡੀ ਸਲਿਊਸ਼ਨ ਦੇ ਵਿੱਚ ਪੰਜਾਬ ਪੁਲਿਸ ਨੂੰ ਲੈ ਕੇ, ਪਰਟੀਕੁਲਰਲੀ ਪੰਜਾਬ ਪੁਲਿਸ ਨੂੰ ਲੈ ਕੇ ਬੈਚਿਸ ਅਵੇਲੇਬਲ ਨੇ, PSSB ਨੂੰ ਲੈ ਕੇ ਅਵੇਲੇਬਲ ਨੇ। ਸਾਰਿਆਂ ਦੀ ਤਿਆਰੀ ਕਰਨੀ ਹੈ ਉਹ ਵੀ ਪੋਸੀਬਲ ਹੈਗਾ, PCS ਦੀ ਤਿਆਰੀ ਕਰਨੀ ਹੈ ਉਹਦੇ ਲਈ ਵੀ ਹਾਈਬ੍ਰਿਡ ਬੈਚਿਸ ਹੈਗੇ ਨੇ। ਤਾਂ ਔਨਲਾਈਨ, ਆਫਲਾਈਨ, ਰਿਕਾਰਡਿਡ, ਵੀਕਐਂਡ, ਹਾਈਬ੍ਰਿਡ, ਹਰ ਤਰ੍ਹਾਂ ਦੇ ਬੈਚਿਸ ਅਵੇਲੇਬਲ ਨੇ। ਹਰ ਸਮੱਸਿਆ ਦਾ ਹੱਲ ਸੰਧੀਸ ਇੰਸਟੀਚਿਊਟ ਵੱਲ। ਥੈਂਕ ਯੂ।